ਟਵਿੱਟਰ ਤੇ ਲਗਾਤਾਰ ਜ਼ਹਿਰ ਉਗਲ ਰਹੀ ਕੰਗਣਾ ਰਣੌਤ ਦੇ ਖਿਲਾਫ ਆਕਰ ਟਵਿੱਟਰ ਨੇ ਕਾਰਵਾਈ ਕੀਤੀ ਹੈ ਟਵਿੱਟਰ ਨੇ ਕੰਗਣਾ ਰਣੌਤ ਦੇ ਵਿਵਾਦਿਤ ਪੜਕਾਊ ਟਵੀਟ ਹਟਾ ਦਿੱਤੇ ਹਨ ਕੰਗਣਾ ਦੇ ਖਿਲਾਫ ਅਪਰਾਧਿਕ ਸ਼ਿਕਾਇਤ ਦਿੱਲੀ ਪੁਲਿਸ ਨੂੰ ਜਾਗੋ ਪਾਰਟੀ ਵੱਲੋਂ ਦਿੱਤੀ ਜਾਵੇਗੀ ਟਵਿੱਟਰ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਫਿਲਮੀ ਅਦਾਕਾਰਾ ਕੰਗਣਾ ਰਣੌਤ ਦੇ ਵਿਵਾਦਿਤ ਟਵੀਟਾਂ ਨੂੰ ਹਟਾ ਦਿੱਤਾ ਹੈ ਇਸ ਮਾਮਲੇ 'ਚ ਜਾਗੋ ਪਾਰਟੀ ਦੇ ਕੋ ਮੰਤਰੀ ਮੁਖੀ ਮਨਜੀਤ ਸਿੰਘ ਜੀਕੇ ਨੇ कल ट्विटर ਦੇ ਐਮਡੀ ਨੂੰ ਆਪਣੇ ਵਕੀਲ ਦੇ ਮਾਫਤ ਲੀਗਲ ਨੋਟਿਸ ਪੇਜ ਕੇ ਕੰਗਣਾ ਦਾ ਟਵਿੱਟਰ ਅਕਾਊਂਟ ਬੰਦ ਕਰਨ ਦੀ ਮੰਗ ਕੀਤੀ ਸੀ ਇਸ ਬਾਰੇ ਵਿੱਚ ਟਵਿੱਟਰ ਨੇ ਅਧਿਕਾਰਿਕ ਬਿਆਨ ਜਾਰੀ ਕਰ ਕੰਗਣਾ ਤੇ ਨਿਯਮਾਂ ਦੇ ਉਲੰਘਣ ਦਾ ਇਲਜ਼ਾਮ ਲਗਾਉਂਦੇ ਹੋਏ ਉਸਦੇ ਵਿਵਾਦਿਤ ਟਵੀਟਸ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਗੋ ਦੇ ਪ੍ਰਧਾਨ ਮहासਚਿਵ ਅਤੇ ਪ੍ਰਮੁੱਖ ਪ੍ਰਵਕਤਾ ਪਰਮਿੰਦਰ ਪਾਲ ਸਿੰਘ ਅਤੇ ਵਕੀਲ ਨਗੇਂਦਰ ਬੈਣੀਪਾਲ ਨੇ ਸਾਬ ਕਿਤਾ ਹੈ ਕਿ ਹੁਣ ਜਾਗੋ ਪਾਰਟੀ ਵੱਲੋਂ ਕੰਗਣਾ ਦੇ ਖਿਲਾਫ ਅਪਰਾਧਿਕ ਸ਼ਿਕਾਇਤ ਦਿੱਲੀ ਪੁਲਿਸ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਟਵਿੱਟਰ ਨੇ ਕੰਗਣਾ ਦੇ ਜ਼ਹਿਰੀਲੇ ਏਜੰਡੇ ਨੂੰ ਹਟਾ ਕੇ ਸਾਡੇ ਸਾਰੇ ਇਲਜ਼ਾਮਾਂ ਦੀ ਤਸਦੀਕ ਕਰ ਦਿੱਤੀ ਹੈ ਹਾਲਾਂਕਿ ਅਸੀਂ ਜਿਹੜੀ ਡਿਮਾਂਡ ਕੀਤੀ ਸੀ ਉਹ ਡਿਮਾਂਡ ਸਾਡੀ ਇਹ ਸੀ ਕਿ ਜੋ ਇਹਦੇ ਪਰਮਾਨੈਂਟ ਦਾ ਅਕਾਊਂਟ ਬੰਦ ਕਰ ਦਿੱਤਾ ਜਾਏ ਪਰ ਫਿਲਹਾਲ ਫੌਰਨ ਫੋਰੀ ਤੌਰ ਦੇ ਉੱਪਰ ਟਵਿੱਟਰ ਨੇ ਇਸ ਦੇ ਦੋ ਟਵੀਟ ਜਿਹੜੇ ਨੇ ਉਹ ਡਿਲੀਟ ਕਰ ਦਿੱਤੇ ਨੇ ਜਿਸ ਦੇ ਵਿੱਚ ਉਹ ਕੱਲ ਵਾਲਾ ਟਵੀਟ ਵੀ ਹੈ ਜੋ ਉਹਨੇ ਰਹਿਾਨਾ ਨੂੰ ਰਿਪਲਾਈ ਕਰਦੇ ਹੋਏ ਕੀਤਾ ਸੀ ਔਰ ਕਿਸਾਨਾਂ ਨੂੰ ਅਤਵਾਦੀ ਦੱਸਿਆ ਸੀ ਜੋ ਇਹਦੀ ਸੋਚ ਹੈ ਕੰਗਨਾ ਦੀ ਉਹ ਲਗਾਤਾਰ ਕਿਸਾਨਾਂ ਦੇ ਖਿਲਾਫ ਔਰ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਵਾਲੀ ਰਹੀ ਹੈ ਔਰ ਬੜੀ ਆਪਣੇ ਆਪ ਨੂੰ ਇਸ ਗੱਲ ਦੇ ਉੱਤੇ ਕਹਿੰਦੀ ਹੈ ਕਿ ਮੈਂ ਰਾਈਟ ਵਿੰਗ ਮੇਰੇ ਫੋਲੋਅਰ ਨੇ ਔਰ ਮੈਂ ਰਾਈਟ ਵਿੰਗ ਦੀ ਮੈਂ ਫੈਨ ਹੈਗੀ ਆ ਮੈਂ ਸਟਾਰ ਹੈਗੀ ਆ ਔਰ ਆਪਣੇ ਆਪ ਨੂੰ ਬਹੁਤ ਵਧਾਚੜਾ ਕੇ ਗੱਲਾਂ ਕਰਦੀ ਹੈ ਪਰ ਕਿਤੇ ਨਾ ਕਿਤੇ ਜੋ ਅੱਜ ਇਹਦੇ ਨਾਲ ਟਵਿੱਟਰ ਨੇ ਜੋ ਇਹ ਨਾਲ ਕੀਤਾ ਅਸੀਂ ਉਸ ਦੇ ਸੰਤੋਸ਼ ਜ਼ਰੂਰ ਜਤਾ ਸਕਨੇ ਹਾਂ ਔਰ ਧੰਨਵਾਦ ਵੀ ਕਰਨੇ ਆ ਟਵਿੱਟਰ ਦੇ ਐਮ ਡੀ ਦਾ ਕਿ ਜਿਨ੍ਹਾਂ ਨੇ ਸਾਡੀ ਇਸ ਸ਼ਿਕਾਇਤ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਹੈ ਹੁਣ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਜੋ ਟਵਿੱਟਰ ਨੇ ਕਾਰਵਾਈ ਕੀਤੀ ਹੈ ਉਸ ਤੋਂ ਇਹ ਗੱਲ ਸਾਫ ਹੈ ਕਿ ਇਹਨੇ ਸੈਂਟੀਮੈਂਟ ਜਿਹੜੇ ਨੇ ਕੰਗਨਾ ਨੇ ਹਰਟ ਕੀਤੇ ਨੇ ਔਰ ਇਸ ਗੱਲ ਦੇ ਉੱਤੇ ਅਸੀਂ ਉਹਨੂੰ ਆਪਣੀ ਸੰਗਿਆਨ ਲੈਂਦੇ ਹੋਏ ਹੁਣ ਜਾਗੋ ਪਾਰਟੀ ਵੱਲੋਂ ਅੱਜ ਇਹਦੇ ਖਿਲਾਫ ਇੱਕ ਕ੍ਰਿਮੀਨਲ ਕੰਪਲੇਂਟ ਦੇਣ ਜਾ ਰਹੇ ਹਾਂ ਥਾਣੇ ਦੇ ਵਿੱਚ ਔਰ ਉਹਦੇ ਵਿੱਚ ਅਸੀਂ ਜਿਹੜੇ ਇਹਨੇ ਸਾਡੇ ਸੈਂਟੀਮੈਂਟ ਹਰਟ ਕੀਤੇ ਨੇ ਅੱਤਵਾਦੀ ਦੱਸਿਆ ਵੱਖਵਾਦੀ ਦੱਸਿਆ ਔਰ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਨਾਲ ਸੰਜੋੜਿਆ ਅਸੀਂ ਉਸ ਨੂੰ ਲੈ ਕੇ ਇਹਦੇ ਖਿਲਾਫ ਮੁਕੱਦਮਾ ਦਰਜ ਕਰਾਵਾਂਗੇ ਔਰ ਸੋਸ਼ਲ ਮੀਡੀਆ ਇੱਕ ਪ੍ਰਚਾਰ ਦਾ ਹਥਿਆਰ ਹੋਣ ਦੇ ਕਾਰਨ ਜਿੱਥੇ ਉਹ ਨਕਾਰਾਤਮਕ ਪ੍ਰਚਾਰ ਕਰਦਾ ਉੱਥੇ ਸਕਾਰਾਤਮਕ ਪ੍ਰਚਾਰ ਦਾ ਵੀ ਵੱਡਾ ਕਾਰਨ ਹੈ ਪਰ ਜਿਸ ਤਰੀਕੇ ਨਾਲ ਲਗਾਤਾਰ ਕੰਗਣਾ ਇਸ ਦਾ ਮਿਸਯੂਜ਼ ਕਰ ਰਹੀ ਸੀ ਅੱਜ ਉਹਨੂੰ ਜ਼ਰੂਰ ਥੋੜਾ ਜਿਹਾ ਅਸਰ ਹੋਇਆ ਹੋਵੇਗਾ ਕਿ ਉਹਦੇ ਦੋ ਟਵੀਟ ਆਪਣੇ ਆਪ ਉਹਨਾਂ ਨੇ ਟਵਿੱਟਰ ਨੇ ਸਾਡੇ ਲੀਗਲ ਨੋਟਿਸ ਭੇਜਣ ਤੋਂ ਬਾਅਦ ਡਿਲੀਟ ਕੀਤੇ ਨੇ ਪਰ ਜੋ ਇਹ ਏਜੰਡਾ ਚਲਾਉਂਦੇ ਨੇ ਜੋ ਸਾਨੂੰ ਗਲਤ ਸਾਬਤ ਕਰਨ ਦੇ ਲੱਗੇ ਹੋਏ ਨੇ ਜੋ ਕਿਸਾਨਾਂ ਨੂੰ ਵਾਤਵਾਦੀ ਕਹਿੰਦੇ ਨੇ ਅੱਜ ਉਹਨਾਂ ਦੇ ਵਾਸਤੇ ਬੜਾ ਵੱਡਾ ਝਟਕਾ ਹੈ ਅੱਜ ਇੱਕ ਬਹੁਤ ਵੱਡਾ ਕਦਮ ਟਵਿੱਟਰ ਨੇ ਚੁੱਕਿਆ ਹੈ ਜਿਹੜੇ ਕੰਗਣਾ ਰਣੌਤ ਦੇ ਕਿਥੇ ਉਹ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਟੈਰਰਿਸਟ ਕਹਿ ਰਹੀ ਸੀ ਉਹ ਉਹਨਾਂ ਨੇ ਉਹਦਾ ਟਵੀਟ ਡਿਲੀਟ ਕੀਤਾ ਇਹਦੇ ਵਿੱਚ ਮੈਂ ਕਹਿਣਾ ਹੈ ਕਿ ਇਹ ਕਾਨੂੰਨ ਦੀ ਭਾਰਤ ਦੇ ਸੰਵਿਧਾਨ ਦੀ ਤੇ ਆਮ ਲੋਕਾਂ ਦੀ ਜਿੱਤ ਹੈ ਕਿ ਜਿੱਥੇ ਅਸੀਂ ਇੱਕ ਲੀਗਲ ਤਰੀਕੇ ਨਾਲ ਜੋ ਕਿ ਜ਼ਹਿਰ ਫੈਲਾ ਰਹੀ ਹੈ ਉਹਦੇ ਖਿਲਾਫ ਜਾ ਕੇ ਲੜਾਈ ਲੜ ਕੇ ਤੇ ਟਵਿੱਟਰ ਨੇ ਸਾਡੀ ਗੱਲ ਮੰਨੀ ਤੇ ਹੁਣ ਅਸੀਂ ਕਾਨੂੰਨੀ ਲੜਾਈ ਅੱਗੇ ਵਧਾਵਾਂਗੇ ਆਪਣੀ ਕ੍ਰਿਮੀਨਲ ਕੰਪਲੇਂਟ ਫਾਈਲ ਕਰਾਂਗੇ ਡੈਫਿਮੇਟਰੀ ਸਟੇਟਮੈਂਟ ਹੈਗੀ ਹੈ ਐਦਾਂ ਦੀ ਸਟੇਟਮੈਂਟ ਕੋਈ ਕਿਸੇ ਨੂੰ ਟੈਰਰਿਸਟ ਬਿਨਾ ਤੱਥਾਂ ਤੋਂ ਨਹੀਂ ਕਹਿ ਸਕਦਾ ਜੇ ਉਹਦੇ ਕੋਲ ਤੱਥ ਹੈਗੇ ਨਹੀਂ ਤੇ ਲੈ ਕੇ ਆਵੇ ਜੇ ਨਹੀਂ ਹੈਗੇ ਮਾਫੀ ਮੰਗੇ ਤੇ ਕਾਨੂੰਨ ਦੇ ਅਧੀਨ ਉਹਦੇ ਖਿਲਾਫ ਕਾਰਵਾਈ ਹੋਵੇ ਕੰਗਣਾ ਨੇ ਕਿਸਾਨਾਂ ਨੂੰ دہشتਗਰਦ ਅਤੇ ਵੱਖਵਾਦੀ ਦੱਸ ਕੇ ਆਪਣੀ ਮੂਰਖਤਾ ਦਾ ਪ੍ਰਦਰਸ਼ਨ ਕੀਤਾ ਹੈ ਟਵਿੱਟਰ ਨੇ ਕੰਗਣਾ ਦੇ ਟਵੀਟਸ ਨੂੰ ਹਟਾ ਕੇ ਕਿਸਾਨਾਂ ਦੇ دہشتਵਾਦੀ ਅਤੇ ਅਲਗਾਵਵਾਦੀ ਨਾ ਹੋਣ ਤੇ ਮੋਹਰ ਲਾਈ ਹੈ ਜਾਗੋ ਪਾਰਟੀ ਕਿਸੇ ਵੀ ਕੀਮਤ ਤੇ ਕੰਗਣਾ ਨੂੰ ਜ਼ਹਿਰੀਲਾ ਪ੍ਰਚਾਰ ਕਰਨ ਦੀ ਮਨਜ਼ੂਰੀ ਨਹੀਂ ਦੇਵੇਗੀ ਇਸ ਅਫਸਰ ਤੇ ਜਾਗੋ ਯੂਥ ਦੇ ਪਰਦੇਸ਼ ਅਧਿਐਕਸ਼ ਹਰਜੀਤ ਸਿੰਘ ਬਾਉਂਸ ਅਤੇ ਹੋਰ ਆਗੂ ਵੀ ਮੌਜੂਦ ਰਹੇ ਹਨ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਟਵੀਟ ਕਰਨ ਤੋਂ ਬਾਅਦ ਲਗਾਤਾਰ ਕੰਗਣਾ ਵੱਲੋਂ ਜ਼ਹਿਰੀਲੇ ਟਵੀਟਸ ਕੀਤੇ ਜਾ ਰਹੇ ਸਨ ਉਹ ਕਿਸਾਨਾਂ ਨੂੰ ਲਗਾਤਾਰ ਦਹਿਸ਼ਤਗਰ ਦੱਸ ਰਹੀ ਸੀ ਪਰ ਟਵਿੱਟਰ ਵੱਲੋਂ ਹੁਣ ਕਾਰਵਾਈ ਕਰਦਿਆਂ ਕੰਗਣਾ ਰਣਾਉਤ ਦੇ ਅਜਿਹੇ ਟਵੀਟਸ ਨੂੰ ਹਟਾ ਦਿੱਤਾ ਗਿਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ